नहीं तू तो ना चुप ही रहा कर, पता नहीं जवाक नू अंदर की कुछ बोली होगी, मेरे मुहरे नहीं तू तो चुप कर दी। इनू मां लगाम पा थोड़ी जी, ज्यादा बोल दी है कुछ। मेनू तो पहले ही पता सी भी इन्हे आन सार कोई ना कोई जादू टूना तेरे कर देना। जदों तक मैं भी उन्हें उजड़दा नहीं देखदी ना, उदों तक मेरा बदला पूरा नहीं हुंदा। बेबू तू किथे जाना है, हुण तां हले आया सी, मैनूं तां इहां लगदा तू रोटी भी नहीं खाधी। रोटियां खवा तां दित्तियां तेरी नूंह ने आन सार, खवा ते परौंठे मैनूं तां। की हो गया? क्यों जस मैं की किया तुहानूं, आई गया सी भी मेरा फोन नहीं चकदे तुसीं। नहीं तू तो ना चुप ही रहा कर, पता नहीं जवाक नू अंदर की कुछ बोली होगी, मेरे मूहरे नहीं तू तो चुप कर दी। इनू मां लगाम पा थोड़ी जी, ज्यादा बोल दी है कुछ। मां मैं की किया जा सोनू नाले, मम्मी तुसी दोने नाले क्यों मेनू कल परसों दे पुट्ठा बोली जाने हो। यार पुट्ठा ना बोली तो होर की करिए, घरों बारे मगरों निकलदा, पहला की करन गया, किथे गया, आ कीने करता, क्यों करता, माड़ी मोटी जनांद कर लिया कर। मम्मी तुसी तो समझो मैनू, क्यों बगाने वाले हो करी जाने हो मेरे नाल। मेरी गल सुन ला, नूहा ना बगानियां ही हुंदियां ते तू बगानी हुई है साडे वास्ते। ओहो ताई देखी तू आए कम बोलदी उहनू बेचारी नू, भाभी तां इन्नी सियाणी है, तुस तां उई उहनू खाण नू पई जांदे हो, नाले बेचारी ने मनप्रीत नू सांभिया देख लै, जे मनप्रीत नू सांभण वास्ते ना हुंदी फिर कौन सांभदा उहनू, पता नहीं ताई। ओह बस रहण दे, पता ही है इहने मनप्रीत नू कन्ना कसामिया ते की करिया मनप्रीत वास्ते, सारा कुछ दिंदा गा। नाले मेरी गल सुन ला, ਜਿਵੇਂ ਤੈਂ ਮੇਰੀ ਧੀ ਨੂੰ ਘਰੋਂ ਕਢਾਇਆ ਨਾ, ਬਸ ਤੂੰ ਇਸ ਘਰ 'ਚ ਵੀ ਨਹੀਂ ਸਕਦੀ। ਬਸ ਮੈਨੂੰ ਤਾਂ ਉਸ ਦਿਨ ਦੀ ਤਾਕ 'ਚ ਆ ਵੀ ਕੋਈ ਸਬੂਤ ਮੇਰੇ ਹੱਥ ਲੱਗ ਜੇ, ਤੈਨੂੰ ਇਸ ਘਰ 'ਚੋਂ ਕੱਢ ਕੇ ਹਟੂੰ ਮੈਂ। ਮੈਂ ਵੀ ਇਹੀ ਭਾਲੀ ਜਾਂਦਾ ਗਾ, ਜਿੱਦੇ ਮੇਰੇ ਹੱਥ ਕੁਛ ਲੱਗ ਗਿਆ ਦਰਸ਼ਨ, ਤੂੰ ਇਹ ਸੋਚ ਲਾ ਇਹਨੂੰ ਬਿਨਾਂ ਕਿਸੇ ਗੱਲ ਤੋਂ ਕੱਢਤਾ ਨਾ, ਉਹਦੀ ਇਕੱਠੀ ਕਰ ਲੂ ਮੈਂ, ਚਾਹੇ ਮੇਰੇ ਸਹੁਰਿਆਂ ਨੇ ਮੈਨੂੰ ਕੱਢਤਾ। ਲੈ ਬਾਈ ਭਾਬੀ ਜੀ ਇੰਨੀ ਨਰਮ ਹੈਗੀ, ਹੁਣ ਤੁਸੀਂ ਉਹਦੇ ਨਾਲ ਐਂ ਧੱਕਾ ਕਰੋਗੇ ਯਾਰ। ਬਿੱਲੇ ਮੇਰੀ ਗੱਲ ਸੁਣ, ਤੈਂ ਸਾਡੇ ਘਰੇ ਆਉਣ ਜਾਣਾ ਹੁੰਦਾ ਨਾ ਜੀ ਸੱਦ ਕੇ ਆਇਆ ਕਰ, ਪਰ ਸਾਡੇ ਘਰ ਦੇ ਮਸਲਿਆਂ 'ਚ ਤੂੰ ਐਵੇਂ ਟੰਗ ਨਾ ਅੜਾਇਆ ਕਰ। ਹਾਂ ਤੇਰਾ ਕੋਈ ਰਾਹ ਨਹੀਂ ਬੋਲਣ ਦਾ। ਉਹ ਮਾਂ ਇਹਨੂੰ ਕਾਹਨੂੰ ਕੁਛ ਕਹਿਣੀ ਆ ਤੂੰ, ਇਹਨੇ ਤਾਂ ਪਤਾ ਨਹੀਂ ਕੀ ਘੋਲ ਕੇ ਪਾਇਆ ਸਾਰਿਆਂ ਦੇ ਸਿਰ 'ਚ, ਹਰੇਕ ਬੰਦਾ ਇਹਨੂੰ ਗੁਣ ਗਾਉਂਦਾ ਇਹਦੇ, ਕੋਈ ਨਹੀਂ ਮਾੜੀ ਕਹਿੰਦਾ ਇਹਨੂੰ ਤਾਂ। ਕੋਈ ਨਹੀਂ ਇਹਦੀ ਇੱਜ਼ਤ ਦੇ ਝੰਡੇ ਤਾਂ ਨਾ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਮੈਂ ਚਲਾਉਂ। ਮੰਮੀ ਤੁਸੀਂ ਇਹਨਾਂ ਨੂੰ ਰੋਕਣਾ ਤਾਂ ਕੀ ਹੈ, ਸਮਕਾ ਨਾਲ ਰੱਖ ਕੇ ਮੈਨੂੰ ਕਸੂਰਵਾਰ ਠਹਿਰਾਉਣ ਲੱਗ ਗਏ, ਭਲਾ ਮੈਂ ਮਨਪ੍ਰੀਤ ਦਾ ਮਾੜਾ ਕਿਵੇਂ ਕਰ ਦੂੰਗੀ, ਮੈਂ ਤਾਂ ਉਹਦੇ ਬਾਰੇ ਮਾੜਾ ਸੋਚ ਵੀ ਨਹੀਂ ਸਕਦੀ। ਤੂੰ ਮੇਰੀ ਧੀ ਦਾ ਮਾੜਾ ਨਹੀਂ, ਬਹੁਤ ਮਾੜਾ ਕੀਤਾ, ਇਹ ਤਾਂ ਤਾਰੀ ਚੰਗਾ ਜਿਹੜਾ ਉਹਦਾ ਸਾਥ ਦੇਈ ਜਾਂਦਾ, ਨਹੀਂ ਤੈਂ ਤਾਂ ਉਹਦਾ ਬੇੜਾ ਗਰਕ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮੰਮੀ ਹੁਣ ਮੈਨੂੰ ਐਂ ਦੱਸੋ, ਜੇ ਮਨਪ੍ਰੀਤ ਪ੍ਰੈਗਨੈਂਟ ਹੈ ਤਾਂ ਇਹਦੇ 'ਚ ਮੇਰਾ ਕੀ ਕਸੂਰ ਆ? ਦੇਖ ਲਾ ਇੰਨਾ ਕੁਛ ਹੋ ਗਿਆ, ਹਲੇ ਹਟਦੀ ਹੈ ਕਿਤੇ ਜਵਾਨ ਲੜਾਉਣੋ? ਤਾਂ ਹੀ ਤਾਂ ਮੈਂ ਕਹਿੰਦੀ, ਇਹ ਤਾਂ ਗਿੱਠ ਦੀ ਜਵਾਨ ਲੱਗੀ ਹੈ, ਸ਼ਰਮ ਤਾਂ ਹੈ ਨਹੀਂ ਕਿਸੇ ਗੱਲ ਦੀ ਇਹਨੂੰ। ਵੀ ਬੰਦਾ ਚੁੱਪ ਹੀ ਕਰ ਜੇ ਕਿਸੇ ਵੇਲੇ, ਮੰਨ ਲੈ ਭਾਈ ਮੈਥੋਂ ਹੋਈ ਆ ਗਲਤੀ। ਉਹ ਚੱਲ ਕੋਈ ਨਾ ਜੱਸ, ਕਾਹਨੂੰ ਬੋਲੀ ਜਾਂਦਾ ਯਾਰ, ਚੱਲ ਤੈਨੂੰ ਸਾਗ ਖਵਾ ਕੇ ਲਿਆਉਣਾ, ਮੇਰੀ ਮਾਂ ਨੇ ਅੱਜ ਸਾਗ ਬਣਾਇਆ ਬੜਾ ਸਵਾਦ ਆ, ਚੱਲ ਚੱਲੀਏ। ਕੋਈ ਨਾ ਬਿੱਲੇ, ਰੋਟੀ ਤਾਂ ਬਣੀ ਪਈ ਹੈ, ਚੱਲ ਪੁੱਤ ਮੈਂ ਦੇਵਾਂ ਤੈਨੂੰ ਅੰਦਰ ਰੋਟੀ ਪਾ ਕੇ, ਇਹਨੂੰ ਤਾਂ ਜਮਾਂ ਸ਼ਰਮ ਨਹੀਂ, ਬੰਦਾ ਬਾਹਰੋਂ ਅੱਕਿਆ ਥੱਕਿਆ ਆਉਂਦਾ ਜਵਾਕ ਸਵੇਰ ਦਾ ਭੁੱਖਾ ਤੁਰਿਆ ਫਿਰਦਾ ਹੈਗਾ, ਆਉਂਦੇ ਨੂੰ ਕਲੇਸ਼ ਪਾ ਕੇ ਬਹਿ ਜਾਂਦੀ ਹੈ, ਕਲੇਸ਼ਣ ਕਿਸੇ ਥਾਂ ਦੀ। ਆ ਜਾ ਸੱਚ ਜਾਣੀ ਭਰਜਾਈ, ਮੇਰੇ ਤਾਂ ਅੱਜ ਕਾਲ ਜੇ ਝੱਗ ਲੱਗ ਗਈ ਤੇਰੇ ਨਾਲ ਆ ਕੁਛ ਹੁੰਦਾ ਦੇਖ ਕੇ, ਤੂੰ ਆਹੀ ਸੋਚਦੀ ਹੋਣੀ ਹੈ ਨਾ ਵੀ ਐਂ ਕਹੂਗਾ, ਪਰ ਸਹੁੰ ਲੱਗੇ ਸਵਾਦ ਆ ਗਿਆ ਅੱਜ ਮਾਂ ਪੁੱਤ ਨੂੰ ਨਾ ਤੇਰੇ ਖਿਲਾਫ ਬੋਲਦਾ ਦੇਖ ਕੇ, ਨਜ਼ਾਰੇ ਹੀ ਆ ਗਏ। ਆਹ ਕੁਛ ਸੋਚਦਾ ਤੂੰ ਸਾਡੇ ਬਾਰੇ, ਬੇ ਬਿੱਲੇ ਸ਼ਰਮ ਕਰ ਲਾ, ਫਿਰ ਵੀ ਭਰਾ ਹੈ ਤੇਰਾ ਤੇ ਮੈਂ ਭਰਜਾਈ, ਤੇ ਸਾਡੇ ਘਰ 'ਚ ਕਲੇਸ਼ ਪਵਾ ਕੇ ਤੂੰ ਖੁਸ਼ ਹੁੰਦਾ। ਖੁਸ਼ ਮੈਂ ਤਾਂ ਬਾਹਲਾ ਖੁਸ਼ ਹੁੰਦਾ ਭਰਜਾਈ, ਮੈਂ ਤਾਂ ਆਪ ਆਹੀ ਚਾਹੁੰਦਾ ਵੀ ਤੁਹਾਡੇ ਟੱਬਰ 'ਚ ਸਾਰਾ ਦਿਨ ਕਲੇਸ਼ ਛਿੜਿਆ ਰਹੇ। ਜਦੇ ਦੰਦ ਜੇ ਨਿਕਲਦੇ ਨੇ ਨਾ, ਮੈਨੂੰ ਲੱਗਦਾ ਅੱਗ ਵੀ ਨਾ ਮਾਂ ਪੁੱਤਾਂ ਦੀ ਲਾਈ ਹੈ ਜਿਹੜੀ ਘਰ 'ਚ ਕਲੇਸ਼ ਪਿਆ। ਕੋਈ ਨਾ ਤੁਸੀਂ ਵੀ ਕੀ ਯਾਦ ਰੱਖੋਗੇ, ਮੈਂ ਵੀ ਆਪਦੇ ਪਿਓ ਦੀ ਧੀ ਨਹੀਂ ਜੇ ਤੁਹਾਡੀ ਚਾਲ ਕਾਮਯਾਬ ਹੋਣ ਦਿੱਤੀ। ਚੱਲ ਫਿਰ ਦੇਖਦੇ ਹਾਂ, ਚੱਲ ਬਹੁਤ ਪੈਸੇ ਰਹਿਣ ਦੇ, ਇੰਨਾ ਕੀ ਤੋੜੇਂਗੀ। ਵਾਹ ਵੀਰੇ ਵਾਹ, ਤੂੰ ਤਾਂ ਆਉਂਦੇ ਹੀ ਇਹਦੀ ਬੋਲੀ ਬੋਲਣ ਲੱਗ ਗਿਆ। ਨਾ ਕੀ ਹੋ ਗਿਆ ਭੈਣੇ ਹੁਣ, ਮੈਂ ਕੀ ਬੋਲਤਾ? ਕੋਈ ਨਾ ਠੰਡ ਰੱਖ, ਮੈਂ ਮਾਰਦੀ ਆ ਮਾਂ ਨੂੰ ਆਵਾਜ਼, ਮੰਮੀ ਮਾਂ। ਨਾ ਉਹਨੂੰ ਕਾਹਤੋਂ ਆਵਾਜ਼ਾਂ ਮਾਰੀ ਜਾਂਦੀ ਹੈ, ਗੱਲ ਕੀ ਹੋ ਗਈ? ਕੋਈ ਨਾ ਦੱਸਦੇ ਆ, ਤੂੰ ਆਪਦੇ ਮੂੰਹ ਨਾਲ ਹੀ ਦੱਸੇਗਾ ਵੀ ਗੱਲ ਕੀ ਹੈਗੀ। ਉਹ ਤਾਂ ਆਈ ਮੰਮੀ ਮਾੜਾ ਜਾ।
आजा देख ला देख ला आपदे लाडले दी करतूत की चलाकियां करन लग गया अपने नाल एदे मगर लग के। ओ की चलाकी करती दसता दो मैनू। दस दे तू आप ही दस दे ना मुंह नाल की चलाकी कीती है। तो पता नहीं भी की चलाकी करती तू ही करी जानी है चलाकी कर दे हाय हाय बे क्यों काटवा वांगू लड़न लगे हो तो गल दा दस दो मैनू भी की है ना हुण के बुत बन के खड़ गया दस सच की है हुण तां मुंह ते तेरे जिंदे ही लग गया। नहीं कुछ दसोगे भी मैनू आ सच सच ला रखेगा क्यों बुझारता पाई जानी है दस की गल है फिर मैनू सद्या क्यों जी गल नहीं दसनी सी। मां ये नहीं दसदा तैनू मैं दसदी हां असल च गल की है जेड़ा मनप्रीत दे पेट च जवाक है ना ओदा कोई हल नहीं हो सकदा। क्यों की मतलब है तेरा? मतलब ये है मां कि डॉक्टर ने ना ये बच्चा ग्राउंड तो मना कीता होयागा ओदे नाल मनप्रीत दी जान नू खतरा है ये गल ना मैं आपदे कन्नी सुनी है। मां तैनू मैं सारी गल दसदा। वाह पुत वाह शाबाश है तेरे बे तू एडिया एडिया गल्ला लुकाउण लग गया तेरी मां तो मैनू तो पहले ही पता सी भी इन्हें आउण सार कोई ना कोई जादू टूना तेरे ते कर देना है अहिजी केड़ी कलशनी घड़ी सी जिहड़ी ने मैं तेरे नाल ब्याह करता इहदा। मम्मी पहले साडी गल तां सुन लो। ना की सुना हुण दफा हो जा मेरे घरों। हजे कुछ सुनन च बाकी रह गया ना भीरे तू तेनू शर्म नहीं आउंदी मां नाल चलाकियां करदा तू? तू सुन लिया कर गल तुर जा इत्थों। फिर मनप्रीत नू भी सोचना चाहिए ना मनप्रीत तेथों दूर फिरदी है फिर क्यों नहीं नेड़े रहिंदी तेरे ए भी देखना तू। देख मनप्रीत जे तेरे मन च कोई पाप नहीं हैगा ना तां तू साबित कर दे भी तेरा सच की है झूठ की है असल विच ना तू अज भी पुराने आशक दी बन के रहना चाहनी है। नहीं मम्मी एहो जी कोई गल नहीं है मैं तो खुद चाहनी है भी मैं इस बच्चे नू जन्म नहीं देना नहीं इहनू इस दुनिया च लेके आना। बस बस ए चलाकी ना किते होर जाके करी असी तेरे ढोंग च ना आने वाले नहीं हैगे। फिर तू साबित कर दे जे तू नहीं जन्म देना चाहती तां देर क्यों लाउनी है जा फिर जा डॉक्टर दे। मम्मी चाहे मैनू आपदी जान नाल खेड़ के इस बच्चे नू मारना पवे पर मैं तोडे नाल वादा करदी हां कि मैं इस बच्चे नू इस दुनिया ते आउण नहीं दिंदी जो कुछ मर्जी हो जाए। चल आ जा मनप्रीत जाना तां पैणा इहनू डॉक्टर दे ऐ तां नहीं मैं छड्डदी इहनू। मां एक गल तो हैगी है आ गल्लां सुन के ना अपना काम तो बहुत ही सौखा हो गया। नहीं तू आता मैं बाद चो देखो पहले मैनू एदा हल कर लैंदे। चल आ जा मां देखदे आ की बनदा। ओफो आ मुंडा भी पता नहीं सारी दिहाड़ी कित्थे फिरदा रहिंदा की करदा रहिंदा आ हुण रोटी पक्की पई है ऐ नहीं हैगा भी वेले सिर खा लां फिर आखू भी ठंडियां हो गईयां तां सौ कुछ बोलू। चल दफा होण दे मैनू की लेना जदों आया उदों खा लूगा मैं तो पैनी आय हाय सज्जा बलाई दुखी जांदा। ओफो ए मां पै भी की कि मैं अज इन्ना सही ठीक तो हैगी है बीमार बूर तो नहीं हो रही? बे मैं तो ठीक हाँ मैनू तो कुछ नहीं होया तू दस तू कित्थे फिरदा रहना गा? उड़ी थी मैं तो। बे गल सुना की अज दिने पी फिरदा? ओ कानू पीती है मां ए तो बस ऐ भी गल्ले इन्नी खुशी दी थी बस ऊ ही पीती गी मलो मल्ली। आहो बोतल तेरे मुंह नू लग गई आपी। ले मां गल्ले बड़ी वधिया सुन के आया मैं जे तू सुन लेगी ना हो गल तेरा भी पीन नू कानू सच तेनू भी बिना पीते नशा हो जू। बे किते सरीकां दी खबर तां नहीं हैगी? वाह मां वाह बड़ा तेज दिमाग है तेरा तां है बिना दसी गल बुझली कमाल दी गल है। बे फिर हुण दस तां दे अई पखाने जे पई जावेंगा। ए मां जस ते ओदी मां ओनू गाला देन लग रही थी जशन नू ओ कहंदे भी जेड़ा कुछ मनप्रीत नाल होया सारे कासे दी कसूरवार तू है ओ तां भखे बैठे थी पूरा उते। अच्छा लै होर हुण मानदा फिर आपदी मां नू मैं अग लावां ते घर मच्चे ना ए कदी हो सकदा आ देख लै फिर मेरे एक ताने ने ना किवें सरीक दी जान लै ली हुण देखी मेरी एक तिल्ली कसाई ना इन्हां दा किवें घर जाड़ू। ए मां तू इन्हां दे मगर इन्ना हथ धो के क्यों पैगी अपने अपने बापू का बदला लेना ती
ਉਹ ਲੈ ਲਿਆ ਬੇ ਬਦਲਾ ਹਜੇ ਕਿੱਥੋਂ ਪੂਰਾ ਹੋ ਗਿਆ ਜਿਵੇਂ ਉਹਨਾਂ ਨੇ ਆਪਣਾ ਹੱਸਦਾ ਵੱਸਦਾ ਘਰ ਉਜਾੜਿਆ ਨਾ ਜਦੋਂ ਤੱਕ ਮੈਂ ਵੀ ਉਹਨਾਂ ਨੂੰ ਉਜੜਦਾ ਨਹੀਂ ਦੇਖਦੀ ਨਾ ਉਦੋਂ ਤੱਕ ਮੇਰਾ ਬਦਲਾ ਪੂਰਾ ਨਹੀਂ ਹੁੰਦਾ ਸਹੀ ਗੱਲ ਹੈ ਮਾਂ ਸਾਰੇ ਕਾਸੇ ਦੇ ਹੱਕਦਾਰ ਇਹੀ ਨੇ ਇਹਨਾਂ ਨੇ ਆਪਾਂ ਨੂੰ ਉਜਾੜ ਕੇ ਰੱਖਤਾ ਨਾਲੇ ਇਹਨਾਂ ਦੇ ਕਾਰਨ ਤਾਂ ਮੈਨੂੰ ਇੰਨੇ ਬੈਲ ਲੱਗ ਗਏ ਨਹੀਂ ਕਹਣੂ ਮੈਂ ਨਸ਼ਿਆਂ ਤੇ ਲੱਗਦਾ ਬੇ ਐਸੇ ਗੱਲੋਂ ਤਾਂ ਮੈਂ ਦੁਖੀ ਹੋ ਕੇ ਸਹੁੰ ਖਾਧੀ ਤੀ ਉਹਨਾਂ ਨੂੰ ਬਰਬਾਦ ਕਰਨ ਦੀ ਹੁਣ ਜਿਵੇਂ ਜਿਵੇਂ ਮੈਂ ਤੈਨੂੰ ਮੈਂ ਕਹੀ ਜਾਊਂਗੀ ਨਾ ਉਵੇਂ ਉਵੇਂ ਕਰੀ ਜਾਈ ਹੁਣ ਦੇਖੀ ਫਿਰ ਅੱਗੇ ਅੱਗੇ ਹੁੰਦਾ ਕੀ ਹੈ ਨਾ ਹਲੇ ਵੀ ਮਾਂ ਕੁਛ ਰਹਿ ਗਿਆ ਬੇ ਆਹੋ ਬਥੇਰਾ ਕੁਛ ਰਹਿੰਦਾ ਬਸ ਮੈਂ ਤੈਨੂੰ ਕਹਿਤਾ ਜਿਵੇਂ ਜਿਵੇਂ ਤੈਨੂੰ ਮੈਂ ਕਹੀ ਜਾਂਦੀ ਨਾ ਉਵੇਂ ਉਵੇਂ ਤੂੰ ਕਰੀ ਹਜੇ ਤਾਂ ਦੇਖੀ ਕੀ ਕੁਛ ਬਣਨਾ ਚਲੋ ਠੀਕ ਹੈ ਜੋ ਹੁਕਮ ਮੇਰੀ ਮਾਤਾ ਚੱਲ ਚੰਗਾ ਮੈਂ ਲਿਆਉਂਦੀ ਹਾਂ ਰੋਟੀ ਚੰਗਾ ਆ ਦੇਖ ਲੈ ਪ੍ਰਧਾਨ ਜੀ ਫੋਨ ਤੇ ਲੱਗੀ ਪਈ ਹੈ ਨਹੀਂ ਮੇਰੀ ਗੱਲ ਸੁਣ ਲੈ ਉੱਠ ਕੇ ਨਾ ਕਿਸੇ ਕੰਮ ਤਾਂ ਤੈਨੂੰ ਹੱਥ ਪਾ ਲੈ ਕੋਈ ਤੇਰੇ ਸਹੁਰੇ ਤੋਂ ਨੂਰੇ ਕੰਮ ਕਰਨ ਆਉਂਦਾ ਕੋਈ ਨਾ ਕੀ ਗੱਲ ਮਾਂ ਮੈਂ ਇੱਥੇ ਤੁਹਾਡਾ ਗੋਲਾ ਧੰਦਾ ਕਰਨ ਆਈ ਆ ਮੈਂ ਤਾਂ 4 ਦਿਨ ਆਰਾਮ ਕਰਨ ਆਈ ਆ ਲੈ ਅਗੇ ਆਰਾਮ ਕਰਨ ਆਈ ਆ ਨਹੀਂ ਆਰਾਮ ਨੂੰ ਦੱਸ ਕੀ ਤੂੰ ਜਾਪਾ ਕਰਨ ਆਈ ਆ ਉਰੇ ਬਸ ਮਾਂ ਤੂੰ ਇਹੀ ਸਮਝ ਲਾ ਵੀ ਹੁਣ ਤੇਰੀ ਧੀ ਨੇ ਸਹੁਰੇ ਜਾਣੇ ਨਹੀਂ ਨਾ ਕੀ ਗੱਲ ਨਹੀਂ ਸੱਚ ਮੈਨੂੰ ਹੋਰ ਗੱਲ ਦੱਸ ਤੇ ਐਤਕੀ ਪ੍ਰਾਹੁਣੇ ਦਾ ਫੋਨ ਫੂਨ ਹੀ ਨਹੀਂ ਆਇਆ ਕਿਤੇ ਲੜਕੇ ਤਾਂ ਨਹੀਂ ਆ ਗਈ ਮਾਂ ਲੜਨ ਵਾਲੀ ਗੱਲ ਹੀ ਹੈ ਆਪ ਤੋਂ ਇੰਨੀ ਦੂਰ ਬੈਠਾ ਜੇ ਮੈਂ ਉਹਨੂੰ ਮਾੜਾ ਜਿਹਾ ਕਿਹਾ ਵੀ ਮੈਨੂੰ ਵੀ ਨਾਲ ਲੈ ਜਾ ਕਹਿੰਦਾ ਇੱਥੇ ਮੇਰੀ ਮਾਂ ਦੀ ਸੇਵਾ ਕੌਣ ਕਰੂਗਾ ਲੈ ਨਾ ਉਹਨੂੰ ਪੁੱਛਣ ਵਾਲਾ ਹੋਵੇ ਕੋਈ ਵੀ ਲਾਵਾਂ ਉਹਦੀ ਮਾਂ ਨਾਲ ਲਈਆਂ ਨੇ ਕਿ ਉਹਦੇ ਨਾਲ ਤਾਂ ਠੇਕਾ ਲੈ ਰੱਖਾ ਉਹਦੀ ਮਾਂ ਦੀ ਸੇਵਾ ਕਰਨ ਦਾ ਇਹ ਤਾਂ ਮਾਂ ਤੂੰ ਆਪਦੇ ਜਵਾਈ ਨਾਲ ਹੀ ਗੱਲ ਕਰੀ ਜਦੋਂ ਉਹ ਮੈਨੂੰ ਲੈਣ ਆਊਗਾ ਲੈ ਲੈਣ ਤਾਂ ਕਿਉਂ ਨਹੀਂ ਆਊ ਉਹਦਾ ਤਾਂ ਨਾ ਲੈਣ ਪਿਓ ਵੀ ਆਊਗਾ ਚੱਲ ਤੂੰ ਫਿਕਰ ਨਾ ਕਰ ਖੜੀ ਹੋ ਇੱਥੋਂ ਚੱਲ ਮਾਂ ਮਨਪ੍ਰੀਤ ਮੇਰੀ ਗੱਲ ਸੁਣ ਯਾਰ ਮੈਂ ਤੈਨੂੰ ਇਹ ਕੰਮ ਨਹੀਂ ਕਰਨ ਦੇਣਾ ਤਾਰੀ ਪਲੀਜ਼ ਮੈਨੂੰ ਹੁਣ ਨਾ ਰੋਕੋ ਮੈਂ ਜੋ ਕੁਛ ਵੀ ਕਰਨਾ ਚਾਹੁੰਦੀ ਹਾਂ ਨਾ ਮੈਨੂੰ ਕਰ ਲੈਣ ਦਿਓ ਯਾਰ ਐਵੇਂ ਕਿਵੇਂ ਕਰ ਲੈਣ ਦਿਓ ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦੀ ਨਾਲ ਜੇ ਤੈਨੂੰ ਕੁਛ ਹੋ ਗਿਆ ਨਾ ਮੈਂ ਜੱਸ ਹੋਰਾਂ ਨੂੰ ਕੀ ਜਵਾਬ ਦੂੰਗਾ ਉਹ ਕੀ ਸੋਚਣਗੇ ਮੇਰੇ ਬਾਰੇ ਵੀ ਮੇਰੀ ਭੈਣ ਦਾ ਖਿਆਲ ਹੀ ਨਹੀਂ ਰੱਖ ਸਕਿਆ ਕੋਈ ਕੁਛ ਨਹੀਂ ਸੋਚਦਾ ਤਾਰੀ ਇਹ ਜਵਾਕ ਨੇ ਨਾ ਮੇਰੇ ਤੋਂ ਮੇਰਾ ਪਿਓ ਦੂਰ ਕਰਤਾ ਮੇਰੇ ਤੋਂ ਮੇਰੇ ਪੇਕੇ ਦੂਰ ਕਰਤੇ ਫਿਰ ਮੈਂ ਇਹਨੂੰ ਕਿਵੇਂ ਜਨਮ ਦੇ ਦੂੰਗੀ ਕਿਸੇ ਵੀ ਕੀਮਤ 'ਚ ਮੈਂ ਇਹਨੂੰ ਇਸ ਦੁਨੀਆ 'ਤੇ ਆਉਣ ਹੀ ਨਹੀਂ ਦੇਣਾ ਯਾਰ ਫਿਰ ਵੀ ਤੂੰ ਮਨਪ੍ਰੀਤ ਇੱਕ ਵਾਰੀ ਹੋਰ ਸੋਚ ਲਾ ਬਾਕੀ ਰਹੀ ਗੱਲ ਕੁਛ ਟਾਈਮ ਤਾਂ ਦੇ ਮੈਨੂੰ ਨਹੀਂ ਆਪਾਂ ਇੱਕ ਦੋ ਦਿਨਾਂ ਤੱਕ ਆ ਜਾਵਾਂਗੇ ਉਸ ਤੱਕ ਨਾਲ ਨਾ ਮੈਂ ਪੈਸਿਆਂ ਦਾ ਇੰਤਜ਼ਾਮ ਕਰ ਲੂੰਗਾ ਨਹੀਂ ਤਾਰੀ ਤੁਸੀਂ ਮੰਮੀ ਤੋਂ ਲੈ ਲਿਓ ਪੈਸੇ ਤਾਂ ਹੈਗੇ ਤਾਂ ਹੈ ਆਪਣੇ ਕੋਲ ਪੈਸੇ ਫਿਰ ਮੈਂ ਅੱਜ ਤਾਂ ਨਹੀਂ ਲੈ ਕੇ ਆਇਆ ਮੰਮੀ ਤੋਂ ਪੈਸੇ ਲੈ ਆਊਂਗਾ ਮੈਂ ਇੱਕ ਦੋ ਦਿਨਾਂ ਤੱਕ ਆ ਜਾਵਾਂਗੇ ਆਪਾਂ ਦੁਬਾਰੇ ਤੁਸੀਂ ਜਿੰਨੇ ਵੀ ਲੈ ਕੇ ਆਏ ਹੋ ਨਾ ਬਹੁਤ ਆ ਉਹ ਤਾਂ ਡਾਕਟਰ ਨੂੰ ਕਿਹਾ ਜਾਂਦਾ ਵੀ ਅਸੀਂ ਬਾਅਦ 'ਚੋਂ ਪੇ ਕਰ ਦਾਂਗੇ ਬਸ ਪਲੀਜ਼ ਤੁਸੀਂ ਮੇਰੇ ਨਾਲ ਅੰਦਰ ਚੱਲੋ ਕੀ ਸੋਚੀ ਜਾਂਦੇ ਹੋ ਕੁਛ ਨਹੀਂ ਸੋਚਦਾ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਚੱਲ ਤੂੰ ਇੱਥੇ ਖੜ ਮੈਂ ਅੰਦਰ ਜਾ ਕੇ ਪਰਚੀ ਤਾਂ ਬਣਵਾ ਲਿਆ ਮਾਂ ਭੀੜ ਹੋਣੀ ਤੂੰ ਕਿੱਥੇ ਫਿਰੇਂਗੀ ਹੈਂ ਚਲੋ ਠੀਕ ਆ ਖਿਆਲ ਰੱਖੀ ਚੰਗਾ ਮੈਂ ਆਇਆ ਬਸ ਹੁਣ ਜਲਦੀ ਆ ਜਾਓ ਚੰਗਾ ਪਤਾ ਨਹੀਂ ਇਹਨਾਂ ਨੂੰ ਕਿਉਂ ਐਂ ਲੱਗਦਾ ਵੀ ਮੈਂ ਇਸ ਜਵਾਕ ਨੂੰ ਜਨਮ ਦੇ ਦਾਂ ਜੀ ਮੇਰੇ ਕੋਲ ਕੁਛ ਵੀ ਨਹੀਂ ਛੱਡਿਆ ਇਸ ਜਵਾਕ ਕਰਕੇ ਤਾਂ ਮੇਰੀ ਸਾਰੀ ਜ਼ਿੰਦਗੀ ਉੱਜੜ ਗਈ ਆ ਸਾਰੀ ਜ਼ਿੰਦਗੀ ਬਰਬਾਦ ਕਰਤੀ ਹੈ ਜਵਾਕ ਨੇ ਮੇਰੀ ਲੈ ਮਨਪ੍ਰੀਤ ਤੌਰੀ ਬੈਠੀ ਆ ਇਹਨੂੰ ਕੀ ਬਹਾਨਾ ਲਾਵਾਂ ਲੈ ਉਹੀ ਗੱਲ ਹੋ ਗਈ ਨੰਨਾ ਇੰਨੀ ਜਲਦੀ ਮੁੜੇ ਆਇਆ ਕਹਿੰਦੀ ਇੰਨੀ ਜਲਦੀ ਮੁੜਿਆ ਪਹਿਲੀ ਤਾਂ ਨੰਨਾ ਵੱਜ ਗਿਆ ਸੀ ਜਦੋਂ ਨੰਨਾ ਵੱਜ ਜੇ ਕੰਮ ਬਣਦਾ ਹੁੰਦਾ ਕਿਤੇ ਕੀ ਹੋਇਆ ਪਰਚੀ ਨਹੀਂ ਮਿਲੀ ਪਰਚੀ ਕਾਹਨੂੰ ਅੰਦਰ ਤਾਂ ਕੋਈ ਵੀ ਭੀੜ ਨਹੀਂ ਜਮ੍ਹਾਂ ਨਹੀਂ ਹੈਗਾ ਕੋਈ ਡਾਕਟਰ ਨਹੀਂ ਆਈ ਅੱਜ ਦੋ ਦਿਨਾਂ ਦੀ ਛੁੱਟੀ 'ਤੇ ਆ ਉਹ ਕੀ ਯਾਰ ਤਾਰੀ ਹੋਰ ਤਾਂ ਮੈਂ ਕਿਸੇ ਡਾਕਟਰ ਨੇ ਇਹਨੂੰ ਜਾਣਦੀ ਵੀ ਨਹੀਂ ਮੈਨੂੰ ਤਾਂ ਸਿਰਫ ਇਸੇ ਡਾਕਟਰ ਨੇ ਦਾ ਪਤਾ ਵੀ ਇਹ ਸਭ ਤੋਂ ਜ਼ਿਆਦਾ ਵਧੀਆ ਅਤੇ ਸਿਆਣੀ ਡਾਕਟਰ ਨਹੀਂ ਹੈ ਮੇਰੀ ਗੱਲ ਸੁਣ ਆਪਾਂ ਇੱਕ ਦੋ ਦਿਨਾਂ ਤੱਕ ਆ ਜਾਵਾਂਗੇ ਨਾਲੇ ਜੇ ਵਧੀਆ ਡਾਕਟਰ ਹੈ ਨਾ
ਇਸੇ ਤੋਂ ਸਲਾਹ ਲੈ ਕੇ ਇਸੇ ਤੋਂ ਹੀ ਕਰਵਾ ਲਾਂਗੇ ਸਾਰਾ ਕੁਛ। ਹੋਰ ਕਿਸੇ ਤੇ ਤਾਂ ਮੇਰਾ ਮਨ ਟਿਕਦਾ ਵੀ ਨਹੀਂ। ਤੇਰਾ ਨਹੀਂ ਟਿਕਦਾ ਫਿਰ ਮੇਰਾ ਤਾਂ ਟਿਕੂਗਾ ਕਿੱਥੋਂ। ਚੱਲ ਫਿਰ ਅੱਜ ਤਾਂ ਚੱਲਦੇ ਹਾਂ, ਕੁਛ ਨਹੀਂ ਹੁੰਦਾ, ਆਪਾਂ ਘਰੇ ਚੱਲਦੇ ਹਾਂ ਹੁਣ। ਪਰ ਜਾ ਕੇ ਮੰਮੀ ਨੂੰ ਕੀ ਜਵਾਬ ਦੇਵਾਂਗੇ? ਉਹ ਤੂੰ ਮੇਰੇ 'ਤੇ ਛੱਡ ਦੇ, ਮੰਮੀ ਨੂੰ ਮੈਂ ਆਪ ਹੀ ਸਾਂਭ ਲਊ। ਜੇ ਮਰਜ਼ੀ ਕੁਛ ਕਹਾਂ ਕੁਛ ਮਰਜ਼ੀ ਕਰਾਂ, ਤੂੰ ਜਮਾਂ ਫਿਕਰ ਨਾ ਕਰ, ਤੂੰ ਚੱਲ ਮੇਰੇ ਨਾਲ ਹੁਣ, ਫਿਰ ਪਰਸੋਂ ਨੂੰ ਆ ਜਾਂਗੇ। ਹੈਂ ਚਲੋ ਠੀਕ ਆ, ਹੁਣ ਤਾਂ ਜਾਣਾ ਹੀ ਪੈਣਾ ਜਦੋਂ ਕੋਈ ਹੱਲ ਹੀ ਨਹੀਂ ਹੈਗਾ। ਹਾਂ ਚੱਲ ਆ ਜਾ। ਪਰ ਇਹ ਨਾ ਸੋਚੋ ਵੀ ਮੈਂ ਆਪਦਾ ਮਨ ਬਦਲ ਲੂੰਗੀ, ਜੋ ਮੈਂ ਕਿਹਾ ਨਾ ਉਹ ਮੈਂ ਕਰਨਾ ਹੀ ਆ। ਮੈਂ ਵੀ ਤਾਂ ਤੇਰੇ ਨਾਲ ਹੀ ਹਾਂ, ਜਿਵੇਂ ਤੂੰ ਕਹਿ ਰਹੀ ਹੈ ਠੀਕ ਹੈ ਉਵੇਂ ਕਰ ਲਾਂਗੇ। ਹੁਣ ਮੇਰੇ ਹੱਥ ਵਸ ਕੀ ਹੈ, ਜੋ ਡਾਕਟਰ ਨਹੀਂ ਆਈ, ਬਾਲਾ ਘਰ ਦੇ ਅੰਦਰ ਚੱਲ ਕੇ ਦੇਖ ਲਿਆ ਜਾ। ਇੰਨਾ ਕੁ ਯਕੀਨ ਤਾਂ ਹੈਗਾ ਮੈਨੂੰ, ਆ ਜਾਓ। ਬਸ ਇਸੇ ਯਕੀਨ ਨੇ ਬਚਾ ਲਿਆ ਅੱਜ। ਜਸ਼ਨ ਪੁੱਤ ਕਿੱਧਰੋਂ ਆ ਗਈ? ਹਾਂਜੀ ਚਾਚੀ ਜੀ। ਤੇਰੀ ਮੰਮੀ ਕਿੱਥੇ ਆ? ਦਿੰਦੀ ਨਹੀਂ ਹੈਗੀ ਕਿਤੇ? ਮੰਮੀ ਤਾਂ ਇਹ ਦਵਾਈ ਲੈ ਕੇ ਸੌਂ ਗਏ, ਬੁਖਾਰ ਹੋਇਆ ਸੀ ਉਹਨਾਂ ਨੂੰ। ਅੱਛਾ, ਕੰਮ ਸੀ ਕੋਈ ਚਾਚੀ ਜੀ? ਨਾ ਪੁੱਤ, ਕੰਮ ਤਾਂ ਕਾਹਨੂੰ ਸੀ ਕੋਈ। ਮੈਂ ਸੋਚਿਆ ਮੈਂ ਚੱਲ ਖੜੀ ਖੜੀ ਜਾ ਆਉਂਦੀ ਹਾਂ, ਮਨ ਜਾ ਹੌਲਾ ਹੋ ਜਾਂਦਾ, ਦੁੱਖ ਸੁੱਖ ਜਾ ਕਰਿਆ ਜਾਂਦਾ ਹੈਗਾ। ਉਹ ਤਾਂ ਨਾ ਸੌਂ ਗਈ, ਤੁਸੀਂ ਇੱਦਾਂ ਕਰਿਓ ਫੇਰ ਆ ਜਾਇਓ, ਜੇ ਕੋਈ ਕੰਮ ਆ ਤਾਂ ਮੈਨੂੰ ਦੱਸ ਦਿਓ। ਨਾ 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 ਪੁੱਤ, ਕੰਮ ਤਾਂ ਕੋਈ ਨਹੀਂ, ਚੱਲ ਕੋਈ ਨਾ ਮੈਂ ਫੇਰ ਮਾਰੂੰ ਗੇੜਾ। ਠੀਕ ਆ। ਬੜਾ ਛੇਤੀ ਮੁੜਿਆ ਵੇ, ਜਿਹੜੇ ਕੰਮ ਗਿਆ ਸੀ ਉਹਦਾ ਕੀ ਬਣਿਆ? ਨੀ ਚੱਲ ਤੂੰ ਚੁੱਪ ਕਰ, ਨੀ ਪਕਾਈ ਨਾ ਮਾਰ, ਮੈਨੂੰ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ ਤੂੰ ਮੁੰਡਿਆ, ਵੀ ਜਿਹੜੇ ਕੰਮ ਗਿਆ ਸੀ ਬਣਿਆ ਜਾਂ ਨਾ? ਗਏ ਸੀ, ਉਹ ਡਾਕਟਰ ਨੀ ਆਈ, ਉਹ ਅੱਜ ਛੁੱਟੀ ਤੇ ਹੈ। ਨਾ ਉਹ ਛੁੱਟੀ ਤੇ ਹੈ ਤਾਂ ਹੋਰ ਡਾਕਟਰ ਕੀ ਮਰ ਗਏ ਸੀ, ਹੋਰ ਕੋਲੇ ਵਗ ਜਾਂਦਾ ਕਿਸੇ ਕੋਲੇ? ਓ ਮਾਂ, ਤੈਨੂੰ ਇਹਦੀਆਂ ਸ਼ਕਲਾਂ ਨੂੰ ਦੇਖ ਕੇ ਨਹੀਂ ਪਤਾ ਲੱਗਦਾ ਵੀ ਆਈ ਮੁੜ ਕੇ ਆਏ ਨੇ ਇਹ? ਕੋਈ ਕੰਮ ਨਹੀਂ ਬਣਿਆ ਇਹਨਾਂ ਦਾ। ਗੱਲ ਸੁਣ ਲੈ ਮੁੰਡਿਆ, ਇਹ ਕੰਮ ਮੈਨੂੰ ਕਲੀਅਰ ਚਾਹੀਦਾ। ਮੈਨੂੰ ਤਾਂ ਇਹ ਸੀ ਵੀ ਅੱਜ ਕੰਮ ਨਿਬੇੜ ਆਉਂਗੇ ਤੇ ਤੁਸੀਂ ਫੇਰ ਉਹ ਵੀ ਮੁੜਿਆ। ਨਾ ਮੁੜਨ ਨੂੰ ਮਾਂ ਅਸੀਂ ਹੁਣ ਡਰਾਮਾ ਕਰਨ ਗਈ ਸੀ, ਆਹੀ ਕੰਮ ਕਰਨ ਗਈ ਸੀ, ਜੇ ਅੱਗੇ ਡਾਕਟਰ ਨਹੀਂ ਮਿਲੀ ਤਾਂ ਫਿਰ ਅਸੀਂ ਕੀ ਕਰੀਏ? ਮੰਮੀ ਤੁਸੀਂ ਬੇਫਿਕਰ ਰਹੋ, ਮੈਂ ਆਪਦੀ ਜ਼ਬਾਨ ਤੋਂ ਨਹੀਂ ਮੁੱਕਰਦੀ, ਜੋ ਜ਼ਬਾਨ ਮੈਂ ਕੀਤੀ ਹੈ ਨਾ ਉਹਦੇ 'ਤੇ ਖਰੀ ਉਤਰੂੰਗੀ। ਮੈਂ ਤੁਹਾਨੂੰ ਕਹਿਤਾ ਨਾ ਵੀ ਮੈਂ ਇਸ ਬੱਚੇ ਨੂੰ ਨਹੀਂ ਆਉਣ ਦਿੰਦੀ ਇਸ ਦੁਨੀਆ 'ਤੇ, ਤਾਂ ਨਹੀਂ ਆਉਣ ਦਿੰਦੀ। ਹਾਂ, ਜੇ ਤੂੰ ਸਾਡੀ ਮੰਨ ਕੇ ਚੱਲੇਗੀ ਨਾ ਤਾਂ ਸੌਖੀ ਰਹੇਗੀ। ਮਨਪ੍ਰੀਤਾ ਜਾ ਤੂੰ ਆਰਾਮ ਕਰ ਲੈ। ਨਾ ਆਰਾਮ ਕਰਨ ਨੂੰ ਕੀ, ਪਹਾੜ ਤੋੜ ਕੇ ਆਈ ਹੈ, ਕਰ ਲੈ ਆਰਾਮ। ਨਹੀਂ ਚੱਲ ਮਨਪ੍ਰੀਤ, ਕੰਮ ਧੰਦਾ ਕਰ ਲੈ ਕੋਈ, ਨਿਬੇੜ ਪਰਾ ਸਾਰੇ ਕੰਮ ਪਏ ਨੇ ਕਰਨ ਵਾਲੇ। ਇਹਦੇ ਵਾਲੇ ਤਾਂ ਇਹ ਵੀ ਕੰਮ ਗਿਣਤੀ ਜਾ ਕੇ ਵੀ ਉਹ ਧਨੀਆ ਤੋੜਦੀ ਹੈ ਨਾ, ਸਾਡੇ ਕੰਮ ਹੀ ਨਹੀਂ ਸੀ ਵੇ, ਹੁਣ ਇਹ ਉੱਥੋਂ ਆ ਕੇ ਵੀ ਤੁਹਾਡਾ ਕੰਮ ਕਰਿਆ ਕੇ ਹੈ, ਆਪਦੇ ਘਰ ਦਾ ਕਰਦੀ ਹੈ, ਦੋ ਦਿਨ ਦਮ ਲੈਣ ਆਉਂਦੀ ਹੈ। ਹਾਂ ਬਾਈ, ਮੈਂ ਤਾਂ 4 ਦਿਨ ਆਰਾਮ ਕਰਨ ਆਈ ਹਾਂ, ਨਾਲੇ ਤੁਹਾਡਾ ਕੰਮ ਨਹੀਂ ਕਰਨ ਆਈ। ਉਹ ਫਿਰ ਦੂਜੇ ਦੀਆਂ ਧੀਆਂ ਵੀ ਨਾ ਨੌਕਰਾਣੀ ਨਹੀਂ ਹੁੰਦੀ ਵੀ ਉਹਦੇ ਸਾਰਾ ਦਿਨ ਲਾਈ ਰੱਖੋ, ਤੁਸੀਂ ਦੋ ਜਣੀਓ ਰਲ ਮਿਲ ਕੇ ਕਰ ਸਕਦੇ ਹੋ, ਹੁਣ ਤੁਹਾਨੂੰ ਪਤਾ ਕਿਹੜੀ ਹਾਲਤ 'ਚ ਹੈ ਉਹ। ਨੂੰ ਘਰ ਦਾ ਕੰਮ ਕਰਦੀ ਹੁੰਦੀ ਹੈ, ਸਮਝ ਗਿਆ, ਧੀਆਂ ਨਹੀਂ ਕਰਦੀਆਂ ਹੁੰਦੀਆਂ, ਨਾਲੇ ਨਾਲੇ ਬਾਹਲੀ ਤਰਫਦਾਰੀ ਨਾ ਕਰਿਆ ਕਰ। ਦੇਖ ਲੈ ਮਾਂ ਮੁੰਡਾ ਜਾ ਕਿੰਨਾ ਬੋਲਣ ਲੱਗ ਗਿਆ। ਨਹੀਂ ਕੋਈ ਨਾ, ਤੂੰ ਟੇਕ, ਇਹਦੇ ਵੀ ਮੈਂ ਪਾਉਣੀ ਆ ਨੱਥ। ਆਹ ਦੇਖ ਲੈ ਮਨਪ੍ਰੀਤ ਵੀ ਕਿਵੇਂ ਭਿੱਜੀ ਬਿੱਲੀ ਵਾਂਗੂ ਆਪਣੀਆਂ ਕਹਿਣਾ ਮੰਨਦੀ ਹੈ। ਪਹਿਲਾਂ ਤਾਂ ਇਹਨੂੰ ਆਏ ਸੀ ਵੀ ਮੇਰੇ ਮਾਂ ਬਾਪ ਦਾ ਸਹਾਰਾ, ਹੁਣ ਤਾਂ ਉਧਰੋਂ ਵੀ ਨਹੀਂ ਸਹਾਰਾ ਰਿਹਾ ਇਹਦਾ,
ਹੁਣ ਦੇਖੀ ਕਿਵੇਂ ਇਹਨੂੰ ਆਪਾਂ ਉਂਗਲਾਂ ਤੇ ਨਚਾਉਣੇ ਆ। ਨਹੀਂ ਚੱਲ ਕੋਈ ਨਾ, ਇਹ ਵੀ ਤਾਂ ਰੱਬ ਹੀ ਸਾਥ ਦਿੰਦਾ। ਚੱਲ ਤੂੰ ਆਰਾਮ ਕਰ ਲੈ, ਕਰ ਦੇ ਉਹਨੂੰ ਕੰਮ। ਠੀਕ ਹੈ ਠੀਕ ਹੈ। ਲੈ ਹਾਂ ਬੈਠੀ ਹੈ ਭੈਣ ਤਾਂ। ਲੈ ਵੇਖ ਲੈ ਭੈਣੇ, ਤੇਰੀ ਨੂੰਹ ਕਿੱਡੀ ਚਲਾਕ ਹੈ। ਮੈਨੂੰ ਕਹਿੰਦੀ ਕਹਿੰਦੀ ਚਾਚੀ ਮੇਰੀ ਮੰਮੀ ਤਾਂ ਸੁੱਤੀ ਪਈ ਹੈ, ਕਹਿੰਦੀ ਤੂੰ ਫੇਰ ਗੇੜਾ ਮਾਰ ਜੀ। ਲੈ ਦੇਖ ਲੈ, ਮੈਂ ਕਦੋਂ ਸੁੱਤੀ ਸੀ, ਨਾਲੇ ਹੁਣ ਤਾਂ ਭੈਣੇ ਉਹ ਮੈਨੂੰ ਰੋਟੀ ਫੜਾ ਕੇ ਗਈ ਹੈ, ਮੈਂ ਰੋਟੀ ਵਾਲੇ ਭਾਂਡੇ ਧਰ ਕੇ ਆਈ ਹੈਗੀ, ਨਾਲੇ ਮੈਂ ਤਾਂ ਕਦੇ ਦਿਨੇ ਉਹੀ ਨਹੀਂ ਸੁੱਤੀ। ਨਹੀਂ ਅੱਛਾ, ਅੱਜ ਕੱਲ੍ਹ ਦੀ ਨੂੰਹਾਂ ਭੈਣੇ ਇਹੋ ਜਿਹੀ ਹੁੰਦੀਆਂ ਨੇ, ਕਾਹਨੂੰ ਕਾਵਾ ਚੱਲਦੀਆਂ ਨੇ, ਐਂ ਬਈ ਵਾਧੂ ਚਾਹ ਪਾਣੀ ਬਣਾਉਣਾ ਪਊਗਾ। ਨਾ ਨਾ ਭੈਣੇ, ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਮੈਂ ਪੁੱਛਦੀ ਹਾਂ ਉਹਨੂੰ ਵੀ ਕਿਉਂ ਝੂਠ ਬੋਲਿਆ। ਕੁੜੇ ਜਸ਼ਨ ਜਸ਼ਨ, ਗੱਲ ਸੁਣ ਮੇਰੀ, ਨਾ ਤਾਂ ਐਂ ਤੇਰੀ ਚਾਚੀ ਕੋਲੇ ਝੂਠ ਕਾਹਤੋਂ ਬੋਲਿਆ ਵੀ ਮੇਰੀ ਮੰਮੀ ਸੁੱਤੀ ਪਈ ਆ, ਮੈਂ ਕਦੋਂ ਸੁੱਤੀ ਆ। ਬਿਨਾ ਦੇਖੇ ਪਾਕੇ ਤੋਂ ਆਪ ਹੀ ਮਨੋ ਤੋਤਕੜੇ ਬਣਾ ਲੈਂਦੀ ਹੈਗੀ। ਨਾਲੇ ਮੇਰੀ ਗੱਲ ਸੁਣ, ਜੇ ਚਾਹ ਦੀ ਘੁੱਟ ਕਰ ਲਾ ਹੁਣ। ਲੈ ਦੇਖ ਲੈ ਨੀ ਭੈਣੇ, ਕਿੰਨੀ ਝੂਠ ਬੋਲਦੀ ਹੈ ਤੇਰੀ ਨੂੰ ਤਾਂ ਥਾਂ ਤੀ ਮੁੱਕਰ ਜਾਂਦੀ ਹੈ। ਮੈਨੂੰ ਕਹਿੰਦੀ ਸੀ ਇਹ, ਕਹਿੰਦੀ ਮੇਰੀ ਮੰਮੀ ਸੁੱਤੀ ਪਈ ਹੈ ਚਾਚੀ। ਨਹੀਂ ਐਵੇਂ ਬੋਲ ਦਿੰਦੀ ਹੈ, ਕਾਹਨੂੰ ਸੁੱਤੀ ਸੀ ਭੈਣੇ ਮੈਂ। ਆ ਜਾ ਹੁਣ, ਆ ਗਿਆ। ਕੀ ਹਾਲ ਆ ਤਾਰੀ? ਵਧੀਆ ਬਾਈ, ਤੂੰ ਦੱਸ ਕਿਹਦਾ ਆ ਗਿਆ? ਹੈਲੋ ਹੈਲੋ, ਆ ਹੁਣ ਕੀ ਕੰਮ ਆ ਯਾਰ? ਉਹ ਯਾਰ ਮੇਰੇ ਲਵ ਨਾ ਤੇਰੀਆਂ ਫਾਲਤੂ ਗੱਲਾਂ ਵਾਸਤੇ ਟਾਈਮ ਨਹੀਂ, ਤੂੰ ਫੋਨ ਕੱਟ ਚੰਗਾ। ਜਸ ਮੇਰੀ ਗੱਲ ਤਾਂ ਸੁਣ ਲਓ। ਉਹ ਹਾਂ ਯਾਰ ਤਾਰੀ, ਕਿਵੇਂ ਬੁਲਾਇਆ ਤੂੰ? ਫੋਨ ਕਰਕੇ ਮੈਨੂੰ ਇੱਥੇ ਬੁਲਾਇਆ, ਤੂੰ ਕਰੀ ਆ ਜਾਂਦਾ ਮੇਰੇ ਕੋਲੇ। ਜਸ ਤਾਰੀ ਨੂੰ ਮਿਲਣ ਗਏ? ਬਾਈ ਯਾਰ, ਜੇ ਘਰੇ ਗੱਲ ਕਰਨ ਵਾਲੀ ਹੁੰਦੀ ਮੈਂ ਘਰੇ ਵੀ ਆ ਜਾਂਦਾ, ਪਰ ਗੱਲ ਹੀ ਐਵੇਂ ਦੀ ਹੈ। ਦੇਖ ਜਸ, ਤੂੰ ਮਨਪ੍ਰੀਤ ਨੂੰ ਸਮਝਾ ਸਕਦਾ ਯਾਰ, ਤੂੰ ਉਹਨੂੰ ਸਮਝਾ। ਕੀ ਹੋ ਗਿਆ ਹੁਣ? ਮਨਪ੍ਰੀਤ ਨੇ ਕੀ ਕਰਤਾ ਹੈਗਾ? ਉਹ ਯਾਰ ਕਰਿਆ ਤਾਂ ਕੁਛ ਨਹੀਂ, ਪਰ ਉਹ ਕਹਿੰਦੀ ਮੈਂ ਅਬੋਸ਼ਨ ਕਰਾਉਣਾ। ਕੋਈ ਚੱਕਰ ਨਹੀਂ, ਅਬੋਸ਼ਨ ਵੀ ਕਰਵਾ ਦਾਂ, ਪਰ ਡਾਕਟਰ ਕਹਿੰਦਾ ਵੀ ਜੇ ਅਬੋਸ਼ਨ ਕਰਵਾਉਣਾ ਨਾ ਤਾਂ ਮਨਪ੍ਰੀਤ ਦੀ ਜਾਨ ਨੂੰ ਖਤਰਾ ਹੈ। ਕੀ? ਹਾਂ, ਮਨਪ੍ਰੀਤ ਦੀ ਜਾਨ ਨੂੰ ਖਤਰਾ, ਮਰ ਵੀ ਸਕਦੀ ਹੈ। ਹੋਰ ਕਿੰਨੇ ਕੁ ਦੁੱਖ ਦੇਏਗਾ ਤੂੰ ਮਨਪ੍ਰੀਤ ਨੂੰ, ਕਿੱਥੇ ਨਵੀਆਂ ਮੁਸੀਬਤਾਂ 'ਚ ਪਾਇਆ।